गुड मॉर्निंग सेकेंड क्लास स्टूडेंट्स, आज बच्चे पंजाबी पुस्तक का पाठ 11 पंछी एक कविता है। बच्चे इनू रीड करांगे। पंछी चिड़िया ते गुटारा रल गीत गाउंदियां, बत्तखां तला दे विच वेखो नांदियां, कावां इकट्ठे होके कावां रौली पाईए, कोयल ने मिठी जही कूक लाईए, बदलां नूं वेख मोर पैल पाईए, तोतियां दी डार अंबियां ते आईए, सोहणियां कबूतरां उड़ारी लाईए, इल्लां खोले खंभ मार के उड़ारियां, किरजां आकाश विच लौण तारियां, उल्लू बैठा खोड़ विच खंभ झाड़दा। खोड़ बच्चे एक दरख्त दे विच होल हुंदा है, ठीक है, जिहड़े वड्डे दरख्त हुंदे नी उहनां दे विच एक होल हुंदा है, उहनूं खोड़ कहा जांदा। चक्की राह चुंझ नाल कीड़े पालदा, हंसां दी टोली मोतियां नूं टोलदी, ਘੁੱਗੀ ਬੈਠੀ ਦੂਰ ਤੂੰ ਹੀ ਤੂੰ ਬੋਲਦੀ, ਆਲਾ ਦੁਆਲਾ ਸਾਡਾ ਇਹਨਾਂ ਨਾਲ ਸਜਦਾ, ਪੰਛੀਆਂ ਦੇ ਨਾਲ ਜੱਗ ਚੰਗਾ ਲੱਗਦਾ। ਪੰਛੀਆਂ ਦੀ ਚਹਿਚਹਾਟ ਦੇ ਨਾਲ ਬੱਚੇ ਸਭ ਕੁਛ ਵਧੀਆ ਲੱਗਦਾ ਹੈ। ਅੱਗੇ ਬੱਚੇ ਤੁਹਾਡੇ ਹੈਗੇ ਆ ਪਾਠ ਅਭਿਆਸ। ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ। ਚਿੜੀਆਂ ਅਤੇ ਗੁਟਾਰਾਂ ਰਲ ਕੇ ਗੀਤ ਗਾਉਂਦੀਆਂ ਨੇ, ਕੀ ਗਾਉਂਦੀਆਂ ਨੇ? ਗੀਤ। ਤੋਤਿਆਂ ਦੀ ਡਰ ਕਿਸ 'ਤੇ ਆਈ? ਅੰਬੀਆਂ 'ਤੇ। ਹੰਸਾਂ ਦੀ ਟੋਲੀ ਕੀ ਟੋਲਦੀ ਹੈ? ਮੋਤੀ। ਠੀਕ ਹੈ ਬੱਚੇ, ਇਹਨਾਂ 'ਤੇ ਤੁਸੀਂ ਟਿੱਕ ਵੀ ਲਗਾਉਣੇ ਆ ਅਤੇ ਤੁਸੀਂ ਇਹ ਆਪਣੀ ਕਾਪੀ 'ਤੇ ਉਤਾਰਨੀ ਵੀ ਆ। ਸੈਕਿੰਡ ਪੁਆਇੰਟ ਹੈ ਬੱਚੇ, ਹੇਠਾਂ ਲਿਖੇ ਵਾਕਾਂ ਦੇ ਸਾਹਮਣੇ ਦਿੱਤੇ ਖਾਨੇ ਵਿੱਚ ਠੀਕ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਹੈ। ਕੋਇਲ ਕੂਕਦੀ ਹੈ? ਹਾਂਜੀ ਬਿਲਕੁਲ ਠੀਕ ਹੈ। ਬੱਦਲਾਂ ਨੂੰ ਵੇਖ ਕੇ ਤੋਤੇ ਪੈਲ ਪਾਉਂਦੇ ਨੇ? ਗਲਤ ਹੈ। ਕਾਂ ਮੋਤੀ ਟੋਲਦੇ ਨੇ? ਗਲਤ ਹੈ। ਸੋਨੇ ਕਬੂਤਰ ਉਡਾਰੀ ਲਾਉਂਦੇ ਹਨ? ਹਾਂਜੀ ਠੀਕ ਹੈ। ਪੰਛੀਆਂ ਦੇ ਨਾਲ ਇਹ ਜੱਗ ਚੰਗਾ ਲੱਗਦਾ ਹੈ? ਹਾਂਜੀ ਬੇਟਾ ਚੰਗਾ ਲੱਗਦਾ ਹੈ ਨਾ, ਤਾਂ ਬਸ ਇੱਥੇ ਟਿੱਕ ਲਗਾਉਣਾ ਆਪਾਂ ਨੇ। ਕਾਂ ਰਲ ਕੇ ਗੀਤ ਗਾਉਂਦੇ ਨੇ? ਨਹੀਂ, ਕਾਂ ਰਲ ਕੇ ਗੀਤ ਨਹੀਂ ਗਾਉਂਦੇ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਅੰਬੀਆਂ ਉੱਤੇ ਕਿਹੜੇ ਪੰਛੀ ਆਏ? ਤੋਤੇ ਆਏ। ਅੰਬੀਆਂ 'ਤੇ ਤੋਤੇ ਆਏ ਸੀ। ਬੱਦਲਾਂ ਨੂੰ ਵੇਖ ਕੇ ਮੋਰ ਕੀ ਕਰਦਾ ਹੈ? ਬੱਦਲਾਂ ਨੂੰ ਵੇਖ ਕੇ ਮੋਰ ਪੈਲ ਪਾਉਂਦਾ ਹੈ। ਉੱਲੂ ਖੋੜ ਵਿੱਚ ਬੈਠ ਕੇ ਕੀ ਕਰਦਾ ਹੈ? ਉੱਲੂ ਖੋੜ ਵਿੱਚ ਬੈਠ ਕੇ ਖੰਭ ਛੱਡਦਾ। ਠੀਕ ਹੈ ਬੱਚੇ, ਤੁਹਾਨੂੰ ਮੈਂ ਓਰਲ ਆਨਸਰ ਦਿੱਤੇ ਨੇ, ਇਹ ਤੁਸੀਂ ਮੇਰੀ ਆਵਾਜ਼ ਸੁਣ ਕੇ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਖੁਦ ਆਪਣੀ ਕਾਪੀ 'ਤੇ ਲਿਖਣੇ ਆ। ਓਕੇ ਬੱਚੇ, ਧੰਨਵਾਦ। ਹੈਵ ਅ ਨਾਈਸ ਡੇ ਆਲ ਆਫ ਯੂ। ਬਾਏ।